ਸੂਬੇ ਦੀਆਂ ਪ੍ਰਮੁੱਖ ਸਿਆਸੀ ਖਬਰਾਂ ਦੇ ਸਾਡੇ ਇਸ ਖਾਸ ਖਬਰ ਚਰਚਾ ਦੇ ਪ੍ਰੋਗਰਾਮ ਖਬਰ ਪੜਤਾਲ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੇ-ਵੱਡੇ ਵਾਅਦੇ ਕੀਤੇ ਲੋਕਾਂ ਨੂੰ ਬਹੁਤ ਸਬਜ਼ ਬਾਗ ਵੀ ਦਿਖਾਏ ਬਹੁਤ ਤਰ੍ਹਾਂ ਦੇ ਵਾਅਦੇ ਵੀ ਕੀਤੇ ਉਹਨਾਂ ਨੂੰ ਲੈ ਕੇ ਹੁਣ ਵੱਡੇ ਸਵਾਲ ਕੈਪਟਨ ਦੀ ਉਸ ਵੇਲੇ ਦੀ ਸਰਕਾਰ ਤੇ ਖੜੇ ਹੋ ਰਹੇ ਨੇ ਤੇ ਹੁਣ ਜਾ ਕੇ ਕੈਪਟਨ ਭਾਜਪਾ ਦੇ ਨਾਲ ਰਲ ਗਏ ਨੇ ਤੇ ਭਾਜਪਾ ਤੇ ਵੀ ਹੁਣ ਅਜੇ ਹੀ ਇਲਜ਼ਾਮ ਲੱਗ ਰਹੇ ਨੇ ਖਾਸ ਤੌਰ ਤੇ ਪੰਜਾਬ ਨੂੰ ਲੈ ਕੇ ਉਸ ਤੋਂ ਬਾਅਦ ਗੱਲ ਕਰਾਂਗੇ ਗੰਨੇ ਦੇ ਮਸਲੇ ਦੀ ਗੰਨੇ ਦੇ ਜੋ ਰੇਟ ਨੇ ਉਹ ਕੈਪਟਨ ਦੀ ਸਰਕਾਰ ਵੇਲੇ ਵਧਾਏ ਗਏ ਸਨ ਪਰ ਵਧੇ ਹੋਏ ਰੇਟ ਹਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੇ ਇਸ ਬਾਬਤ ਗੱਲ ਕਰਾਂਗੇ ਤੇ ਨਾਲ ਦੀ ਨਾਲ ਗੱਲ ਕਰਾਂਗੇ ਕੇਂਦਰ ਦੇ ਪੰਜਾਬ ਬਾਰੇ ਦਿੱਤੇ ਗਏ ਦਿਹਾਤੀ ਵਿਕਾਸ ਫੰਡ ਦੀ ਜਿਹੜਾ ਕਿ ਜਾਰੀ ਨਹੀਂ ਕੀਤਾ ਜਾ ਰਿਹਾ 1100 ਕਰੋੜ ਰੁਪਏ ਦਾ ਇਹ ਫੰਡ ਹੈ ਇਸ ਫੰਡ ਨੂੰ ਜਾਰੀ ਕਰਨ ਨਾ ਜਾਰੀ ਕਰਨ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਭਗਵੰਤ ਸਿੰਘ ਮਾਨ ਅਤੇ ਹਰਪਾਲ ਚੀਮਾ ਵੱਲੋਂ ਕੇਂਦਰ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਇਹਨਾਂ ਮਸਲਿਆਂ ਉੱਪਰ ਗੱਲਬਾਤ ਕਰਨ ਲਈ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਜੀ ਤੁਹਾਡਾ ਵੀਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜੀ ਦਲਾਸਬ ਪਹਿਲਾ ਸਵਾਲ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵੇਲੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਚਾਹੇ ਉਹ ਚੋਣਾਂ ਤੋਂ ਪਹਿਲਾਂ ਦੇ ਵਾਅਦੇ ਹੋਣ ਜਾਂ ਫਿਰ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਵਾਅਦੇ ਹੋਣ ਗੰਨੇ ਦੇ ਰੇਟਾਂ ਨੂੰ ਲੈ ਕੇ ਵੀ ਹੁਣ ਕੜਮਾਸ ਮਚਿਆ ਹੋਇਆ ਸਿਆਸੀ ਆਗੂ ਵੀ ਵਿਰੋਧ ਕਰ ਰਹੇ ਆ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਕਿ ਵਧੇ ਰੇਟ ਤਾਂ ਮਿਲੇ ਨਹੀਂ ਕੈਪਟਨ ਸਾਹਿਬ ਖਾਲੀ ਵਾਅਦਾ ਕਰ ਗਏ ਖਾਲੀ ਦਿਖਾਵਾ ਕਰ ਗਏ ਉਹ ਚੀਜ਼ ਲਾਗੂ ਨਹੀਂ ਹੋਈ ਤੇ ਹੁਣ ਬੀਜੇਪੀ ਤੇ ਵੀ ਇਲਜ਼ਾਮ ਲੱਗ ਰਹੇ ਨੇ ਪੰਜਾਬ ਨੂੰ ਲੈ ਕੇ ਕਿਵੇਂ ਦੇਖਦੇ ਹੋ ਦਲਾਸਬ ਜਗਦੀਸ਼ ਜੀ ਮਾਮਲਾ ਬੜਾ ਗੁੰਝਲਦਾਰ ਬਣ ਗਿਆ ਕੈਪਟਨ ਮਰਿੰਦਰ ਸਿੰਘ ਇੱਕ ਤਾਂ ਲਾਰਿਆਂ ਦੇ ਬਾਦਸ਼ਾਹ ਨਿਕਲੇ ਉਂਝ ਲੋਕ ਉਹਨਾਂ ਨੂੰ ਮਹਾਰਾਜਾ ਕੈਪਟਨ ਮਰਿੰਦਰ ਸਿੰਘ ਕਹਿੰਦੇ ਅੱਜ ਕੱਲ ਕੋਈ ਮਹਾਰਾਜਿਆਂ ਵਾਲਾ ਦੌਰ ਨਹੀਂ ਹੈਗਾ ਅੱਜ ਕੱਲ ਸਾਰੇ ਵਿਅਕਤੀ ਆਮ ਹੀ ਨੇ ਇੱਕੋ ਹੀ ਹੱਕ ਨੇ ਸਾਰਿਆਂ ਦੇ ਡਾਕਟਰ ਭੀਮrao ਅੰਬੇਦਕਰ ਉਹਨਾਂ ਨੇ ਜਿਹੜਾ ਸੰਵਿਧਾਨ ਬਣਾਇਆ ਉਹਦੇ ਚ ਸਾਰੇ ਨਾਗਰਿਕ ਸਮਾਨ ਨੇ ਕੋਈ ਮਹਾਰਾਜਾ ਨਹੀਂ ਕੋਈ ਰਾਜਾ ਨਹੀਂ ਹੁਣ ਸਵਾਲ ਇਹ ਹੈ ਕੀ ਲਾਰਿਆਂ ਦੇ ਬਾਦਸ਼ਾਹ ਕਿਵੇਂ ਬਣੇ ਕੈਪਟਨ ਅਮਰਿੰਦਰ ਵੱਡੇ ਵੱਡੇ ਵਾਅਦੇ ਕੀਤੇ ਸੀ ਵੀ ਮੈਂ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਕਰ ਦੂੰਗਾ ਔਰ ਸਰਕਾਰ ਭਾਵੇਂ 10 ਮਾਰਚ ਨੂੰ ਤੈਅ ਹੋਣੀ ਹੈ ਪਰ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਕਈ ਲੀਡਰਾਂ ਨੇ ਗੱਲ ਚੱਕ ਲਈ ਕੈਪਟਨ ਅਮਰਿੰਦਰ ਦੀ ਕੈਪਟਨ ਅਮਰਿੰਦਰ ਘਿਰ ਗਏ ਬੁਰੀ ਤਰ੍ਹਾਂ ਔਰ ਕੈਪਟਨ ਅਮਰਿੰਦਰ ਦੇ ਕਾਰਜਕਾਲ ਸਮੇਂ ਦੀ ਇੱਕ ਅਜਿਹੀ ਵੱਡੀ ਖਾਮੀ ਉਜਾਗਰ ਹੋਈ ਹੈ ਔਰ ਵੱਡੇ ਇਲਜ਼ਾਮ ਲਾਏ ਨੇ ਆਮ ਆਦਮੀ ਪਾਰਟੀ ਨੇ ਔਰ ਆਮ ਆਦਮੀ ਪਾਰਟੀ ਦੇ ਜ਼ਿਰੋਦੀ ਤੇਰ ਦੇ ਆਗੂ ਸੀ ਜਿਹੜੇ ਹਰਪਾਲ ਚੀਮਾ ਉਹ ਇੱਥੋਂ ਤੱਕ ਕਹਿ ਰਹੇ ਨੇ ਵੀ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਪੂਰੇ ਮਾਮਲੇ ਦੀ ਜਾਂਚ ਕਰਾਂਗੇ ਇਹ ਮੈਨੂੰ ਇਹ ਲੱਗਦਾ ਵੀ ਕੈਪਟਨ ਮਰਿੰਦਰ ਕਿਤੇ ਹੋਰ ਨਾ ਘਿਰ ਜਾਣ ਕਿਉਂ ਮਾਮਲਾ ਕੀ ਹੈ ਮਾਮਲਾ ਮੈਂ ਦੱਸਣਾ ਕੈਪਟਨ ਮਰਿੰਦਰ ਨੇ ਕਿਹਾ ਸੀ ਨਾਲ ਮਨਪ੍ਰੀਤ ਬਾਦਲ ਸੀ ਸਾਰੇ ਮੰਤਰੀ ਸੀ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ਼ ਕਰਾਂਗੇ ਸਾਡੇ ਕੋਲੇ ਪੂਰੀ ਯੋਜਨਾ ਹੈ ਸਾਡੀ ਬੈਂਕਾਂ ਨਾਲ ਗੱਲ ਹੋ ਗਈ ਤੁਸੀਂ ਕਿਸ਼ਤਾਂ ਨਾ ਮੋੜੋ ਤੁਹਾਨੂੰ ਕਿਸ਼ਤ ਮੋੜਨ ਦੀ ਲੋੜ ਨਹੀਂ ਮੇਰੀ ਸਰਕਾਰ ਆ ਰਹੀ ਹੈ ਕੈਪਟਨ ਕਹਿੰਦੇ ਸੀ ਹੁਣ ਕੇਂਦਰ ਨੇ 1100 ਕਰੋੜ ਰੁਪਏ ਦਾ ਜਿਹੜਾ ਦਿਹਾਤੀ ਵਿਕਾਸ ਫੰਡ ਹੈ ਇਹਨੂੰ ਰੂਰਲ ਡਿਵੈਲਪਮੈਂਟ ਫੰਡ ਵੀ ਕਹਿੰਦੇ ਨੇ ਆਰ ਡੀ ਐਫ ਕਹਿੰਦੇ ਨੇ ਜੀ ਉਹ ਰੋਕ ਲਿਆ ਝੋਨੇ ਦੀ ਫਸਲ ਤੋਂ ਬਾਅਦ ਹੁਣ ਉਹ ਸਾਡਾ ਫੇਰ ਇੱਕ ਵਾਰੀ ਮੈਨੂੰ ਜੋ ਪਤਾ ਲੱਗਿਆ ਹੈ ਹਰਪਾਲ ਚੀਮਾ ਦੇ ਪ੍ਰੈਸ ਨੋਟ ਦੇ ਮੁਤਾਬਕ ਕਿ ਉਹ ਬਕਾਇਆ ਸੀ 1100 ਕਰੋੜ ਉਹ ਮਿਲਿਆ ਨਹੀਂ ਕੇਂਦਰ ਇਸ ਕਰਕੇ ਨਹੀਂ ਦੇ ਰਿਹਾ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਕੇਂਦਰ ਸਰਕਾਰ ਕਹਿੰਦੀ ਇਹ ਵੀ ਪਿਛਲੀ ਸਰਕਾਰ ਨੇ ਜਿਹੜਾ ਕਿਸਾਨਾਂ ਦਾ ਕੁਝ ਕਰਜ਼ਾ ਮਾਫ਼ ਕੀਤਾ ਸੀ ਦੇਖੋ ਸਮੁੱਚੀ ਕਿਸਾਨੀ ਦਾ ਤਾਂ ਕਰਜ਼ਾ ਮਾਫ਼ ਹੋਇਆ ਨਹੀਂ ਜਿਹੜਾ ਕਰਜ਼ਾ ਮਾਫ਼ ਹੋਇਆ ਸੀ ਉਹਦੇ ਲਈ ਵਰਤੋਂ ਜਿਹੜੀ ਹੈ ਰੂਰਲ ਡਿਵੈਲਪਮੈਂਟ ਫੰਡ ਚੋਂ ਵੀ ਕੀਤੀ ਗਈ ਕੈਪਟਨ ਅਮਰਿੰਦਰ ਜੀ ਸਰਕਾਰ ਨੇ ਦੇਖੋ ਹੁਣ ਜਵਾਬ ਦੇਣਾ ਕੈਪਟਨ ਅਮਰਿੰਦਰ ਨੂੰ ਬਣਦਾ ਜੀ ਅਸੀਂ ਗਲਤਾਂ ਤੇ ਅਸੀਂ ਮਾਫੀ ਮੰਗ ਲਾਂਗੇ ਕੈਪਟਨ ਅਮਰਿੰਦਰ ਸਪਸ਼ਟ ਕਰ ਦੇਣ ਵੀ ਕੈਪਟਨ ਅਮਰਿੰਦਰ ਸਿੰਘ ਨੇ ਬਤੌਰ ਮੁੱਖ ਮੰਤਰੀ ਅਗਰ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਤਾਂ ਉਹ ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚੋਂ ਕਿਉਂ ਤਬਦੀਲ ਕੀਤਾ ਗਿਆ ਦੇਖੋ ਇਲਜ਼ਾਮ ਪਹਿਲਾਂ ਹੀ ਲੱਗਦੇ ਆ ਸਰਕਾਰਾਂ ਤੇ ਕਿ ਪੈਸਾ ਕਿਸੇ ਹੋਰ ਕੰਮ ਲਈ ਆਉਂਦਾ ਤੇ ਵਰਤ ਕਿਤੇ ਹੋਰ ਲੈਂਦੇ ਨੇ ਜੀ ਡੱਲਾ ਸਾਬ ਪਹਿਲਾਂ ਵੀ ਇਸ ਤਰ੍ਹਾਂ ਦੇ ਇਲਜ਼ਾਮ ਲੱਗੇ ਕੇਂਦਰ ਨੂੰ ਪਹਿਲਾਂ ਵੀ ਲੱਗੇ ਹੁਣ ਅਸਲ 'ਚ ਜ਼ਿੰਮੇਵਾਰੀ ਇਹ ਬਣਦੀ ਹੁਣ ਹਰਪਾਲ ਚੀਮਾ ਨੇ ਵੀ ਜਿਹੜਾ ਬਿਆਨ ਦਿੱਤਾ ਹਰਪਾਲ ਚੀਮਾ ਕਹਿੰਦੇ ਵੀ ਪੰਜਾਬ ਦਾ ਦਿਹਾਤੀ ਵਿਕਾਸ ਫੰਡ ਰੋਕ ਕੇ ਕੇਂਦਰ ਨੇ ਪੰਜਾਬ ਵਿਰੋਧੀ ਕੰਮ ਕਰਤਾ ਹੁਣ ਮੋਦੀ ਸਾਹਿਬ ਨੂੰ ਭਾਜਪੀ ਨੂੰ ਇਹ ਪੰਜਾਬ ਵਿਰੋਧੀ ਬਣਾਈ ਜਾਂਦੇ ਵੀ ਇਹ ਪੰਜਾਬ ਵਿਰੋਧੀ ਹੋਗੇ ਦੇਖੋ ਮੈਂ ਵੀ ਇਹਦੇ ਖਿਲਾਫ ਹਾਂ ਕਿ ਤਿੰਨ ਕਿਸਾਨਾਂ ਦੇ ਉਹ ਤਿੰਨ ਕਿਸਾਨ ਬਿਲ ਸੀ ਜਿਹੜੇ ਮੋਦੀ ਸਾਹਿਬ ਨੇ ਪਹਿਲਾਂ ਹੀ ਮਾਫ ਕਰ ਦੇਣੇ ਚਾਹੀਦੇ ਸੀ ਉਹ ਰੱਦ ਕਰ ਦੇਣੇ ਚਾਹੀਦੇ ਸੀ ਤੁਰੰਤ ਜਦੋਂ ਕਿਸਾਨ ਕਹਿੰਦੇ ਸੀ ਉਹ ਗਲਤੀ ਸੀ ਕਿ ਭਾਜਪੀ ਨੇ ਮਾਮਲਾ 1.5 ਸਾਲ ਲਟਕਾਇਆ ਸਾਡੇ ਇੰਨੇ ਕਿਸਾਨ ਸ਼ਹੀਦ ਹੋ ਗਏ ਪਰ ਹਰ ਕੰਮ ਲਈ ਭਾਜਪੀ ਨੂੰ ਦੇਸ਼ ਵਿਰੋਧੀ ਕਹਿ ਦੇਣਾ ਪੰਜਾਬ ਵਿਰੋਧੀ ਕਹਿ ਦੇਣਾ ਜਦ ਕਿ ਸਾਡੇ ਆਪਣੇ ਲੀਡਰਾਂ ਦੀਆਂ ਗਲਤੀਆਂ ਅਸੀਂ ਦੇਖ ਨਹੀਂ ਰਹੇ ਹੁਣ ਅੱਜ ਉਹ ਕੈਪਟਨ ਮਰਿੰਦਰ ਬੀਜੇਪੀ ਦੇ ਨਾਲ ਹੀ ਗੋਦੀ ਚ ਬੈਠੇ ਬੀਜੇਪੀ ਦੀ ਜੀ ਕੈਪਟਨ ਮਰਿੰਦਰ ਤੇ ਸਵਾਲ ਪੁੱਛਣਾ ਕੈਪਟਨ ਮਰਿੰਦਰ ਤੋਂ ਬਣਦਾ ਵੀ ਕੈਪਟਨ ਮਰਿੰਦਰ ਜੀ ਤੁਸੀਂ ਅਗਰ ਕਿਸਾਨਾਂ ਦਾ ਕਰਜ਼ਾ ਮਾਫ਼ ਜਿਹੜਾ ਕੀਤਾ ਸੀ ਉਹ ਪੈਸਾ ਤੁਸੀਂ ਰੂਰਲ ਡਿਵੈਲਪਮੈਂਟ ਫੰਡ ਚੋਂ ਕਿਉਂ ਵਰਤਿਆ ਜੇ ਨਹੀਂ ਵਰਤਿਆ ਕੈਪਟਨ ਮਰਿੰਦਰ ਸਪਸ਼ਟ ਕਰ ਦੇਣ ਅਸੀਂ ਦੱਸ ਦਿਆਂਗੇ ਪੰਜਾਬ ਦੇ ਲੋਕਾਂ ਨੂੰ ਵੀ ਭਾਈ ਕੈਪਟਨ ਮਰਿੰਦਰ ਨੇ ਨਹੀਂ ਵਰਤਿਆ ਇਹ ਤਾਂ ਆਮ ਆਦਮੀ ਪਾਰਟੀ ਵਾਲੇ ਗਲਤ ਇਲਜ਼ਾਮ ਲਾ ਰਹੇ ਨੇ ਜੀ ਹੁਣ ਇਲਜ਼ਾਮ ਬੜੇ ਗੰਭੀਰ ਨੇ ਹਰਪਾਲ ਜੀਮਾ ਵੀ ਵਕੀਲ ਨੇ ਵਿਰੋਧੀ ਧਿਰ ਦੇ ਆਗੂ ਨੇ ਹੁਣ ਸਵਾਲ ਇਹ ਹੈ ਵੀ ਕੇਂਦਰ ਨੇ ਉਹ ਫੰਡ ਇਸ ਲਈ ਰੋਕਤਾ ਉਹ ਕਹਿੰਦੇ ਵੀ ਪਹਿਲਾਂ ਦੱਸੋ ਔਰ ਵਿਧਾਨ ਸਭਾ ਦੇ ਕਹਿੰਦੇ ਕੈਪਟਨ ਅਮਰਿੰਦਰ ਨੇ ਇੱਕ ਸੋਧ ਕਰਤੀ ਸੀ ਸੋਧ ਕਰਕੇ ਉਹ ਰੂਰਲ ਡਿਵੈਲਪਮੈਂਟ ਫੰਡ ਵਾਲਾ ਪੈਸਾ ਕਿਸਾਨ ਕਰਜ਼ਾ ਮਾਫੀ ਚ ਵਰਤ ਲਿਆ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਨੇ ਸਾਰੇ ਇਲਜ਼ਾਮ ਨੇ ਇਹ ਸਬੂਤ ਤਾਂ ਜਾਂ ਕੈਪਟਨ ਦੱਸਣਗੇ ਜਾਂ ਸਬੂਤ ਸਰਕਾਰ ਸਾਰਵਜਨਿਕ ਕਰੇ ਅਸੀਂ ਜਾਂਚ ਏਜੰਸੀ ਨਹੀਂ ਪਰ ਅਗਰ ਜਿਹਾ ਹੋਇਆ ਤੇ ਇਹ ਕੈਪਟਨ ਮਰਿੰਦਰ ਦੇ ਲਈ ਵੀ ਕੋਈ ਬਹੁਤ ਜ਼ਿਆਦਾ ਸ਼ੋਭਾ ਵਾਲੀ ਗੱਲ ਨਹੀਂ ਮੰਨਿਆ ਕੈਪਟਨ ਮਰਿੰਦਰ ਫੌਜੀ ਰਹੇ ਨੇ ਸਾਨੂੰ ਉਹਨਾਂ ਤੇ ਮਾਣ ਸੀ ਪਰ ਅਸਤੀਫਾ ਵੀ ਦਿੱਤਾ ਕੈਪਟਨ ਮਰਿੰਦਰ ਨੇ ਫੌਜ ਤੋਂ ਕਾਂਗਰਸ ਤੋਂ ਵੀ ਮੁੜ ਕੇ ਅਸਤੀਫਾ ਦਿੱਤਾ ਹੁਣ ਕੇਂਦਰ ਸਰਕਾਰ ਕਹਿੰਦੀ ਵੀ ਉਹ ਸਪਸ਼ਟ ਕਰੋ ਸਥਿਤੀ ਦੇਖੋ ਇਲਜ਼ਾਮ ਬਾਦਲਾਂ ਦੇ ਵੀ ਲੱਗੇ ਸੀ ਉਦੋਂ ਸੁਨੀਲ ਜਾਖੜ ਪ੍ਰੈਸ ਕਾਨਫਰੰਸ ਕਰਿਆ ਕਰਦੇ ਸੀ ਕਿ ਇਹਨਾਂ ਨੇ ਜਿਹੜਾ ਜਿਹੜੀ ਜਿਹੜਾ ਜਿਹੜਾ ਜਿਹੜੀ ਗੜਬੜੀ ਸੀ ਪੰਜਾਬ 'ਚ ਬੜੀ ਵਿੱਤੀ ਗੜਬੜੀ ਸੀ ਕਣਕਾਂ ਦੀਆਂ ਖਰੀਦਾਂ 'ਚ ਫਸਲਾਂ ਦੀ ਚੁਕਾਈ 'ਚ ਉਹਨੂੰ ਲੋਨ ਦੇ ਰੂਪ 'ਚ ਕਨਵਰਟ ਕਰਾਤਾ ਸੀ ਕੈਸ਼ ਕ੍ਰੈਡਿਟ ਲਿਮਿਟ ਦੇ ਵਿੱਚ ਪਵਾ ਕੇ ਉਹ ਪੈਸਾ ਕੈਸ਼ ਕ੍ਰੈਡਿਟ ਲਿਮਿਟ ਦੇ ਵਿੱਚ ਅਡਜਸਟ ਕਰਾਤਾ ਸੀ ਇਹ ਬੜੇ ਸਰਕਾਰ ਜਦੋਂ ਜਦੋਂ ਸਰਕਾਰਾਂ ਜਾਣਦੀਆਂ ਨੇ ਜੀ ਕਾਲਾ-ਮਾਲਾ ਜਿਹਾ ਹੋ ਜਾਂਦਾ ਪਰ ਇਹ ਗੱਲ ਇਹ ਵੀ ਸਾਡੇ ਲੋਕਾਂ ਅਸੀਂ ਸਾਬਤ ਨਹੀਂ ਕਰ ਪਾਉਂਦੇ ਹੁਣ ਇਹ ਕੈਪਟਨ ਅਮਰਿੰਦਰ ਤੇ ਵੱਡਾ ਸਵਾਲ ਹੈ ਵੀ ਕੀ ਕੈਪਟਨ ਅਮਰਿੰਦਰ ਨੇ ਇਹ ਫੰਡ ਰੂਰਲ ਡਿਵੈਲਪਮੈਂਟ ਚ ਵਰਤੇ ਜਾਂ ਨਹੀਂ ਵਰਤੇ ਸਫਾਈ ਦੇਣੀ ਚਾਹੀਦੀ ਕੈਪਟਨ ਅਮਰਿੰਦਰ ਨੂੰ ਸਾਬਕਾ ਮੁੱਖ ਮੰਤਰੀ ਰਹੇ ਨੇ ਜੇ ਵਰਤੇ ਨਹੀਂ ਕੈਪਟਨ ਅਮਰਿੰਦਰ ਨੇ ਫੰਡ ਤੇ ਜੇ ਬੀਜੇਪੀ ਨਹੀਂ ਦੇ ਰਹੀ 1100 ਕਰੋੜ ਰੁਪਇਆ ਹੁਣ ਬੀਜੇਪੀ ਦਾ ਹੱਕ ਹੈ ਪੁੱਛਣਾ ਵੀ ਭਾਈ ਤੁਸੀਂ ਜਿਹੜਾ ਪੈਸਾ ਰੂਰਲ ਡਿਵੈਲਪਮੈਂਟ ਲਈ ਆਇਆ ਸੀ ਉਹ ਉੱਥੇ ਕਿਉਂ ਨਹੀਂ ਵਰਤਿਆ ਤੇ ਅਸੀਂ ਤੁਹਾਨੂੰ ਕਿਉਂ ਦਈਏ ਪਹਿਲਾਂ ਪਿਛਲੇ ਦਾ ਹਿਸਾਬ ਲਿਆਓ ਜੀ ਦੇਖੋ ਐਵੇਂ ਆਪਾਂ ਅੱਖਾਂ ਬੰਦ ਕਰਕੇ ਹਰ ਗੱਲ ਪਿੱਛੇ ਬੀਜੇਪੀ ਨੂੰ ਨਿੰਦ ਦੇ ਰਹੀ ਹੈ ਜਿੱਥੇ ਬੀਜੇਪੀ ਦੀ ਗਲਤੀਆਂ ਨਿੰਦਾਂਗੇ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਫੈਸਲਾ ਬੀਜੇਪੀ ਨੇ ਗਲਤ ਕੀਤਾ ਮੈਂ ਪਹਿਲੇ ਦਿਨ ਤੋਂ ਇਹਦਾ ਵਿਰੋਧ ਕੀਤਾ ਕਿ ਇਹ ਸੰਗੀ ਢਾਂਚੇ ਦੇ ਖਿਲਾਫ ਨਹੀਂ ਜਾਣਾ ਚਾਹੀਦਾ ਭਾਵੇਂ ਅਦਾਲਤਾਂ ਦੇ ਫੈਸਲੇ ਨੇ ਪਾਰਲੀਮੈਂਟ ਚ ਕਾਨੂੰਨ ਬਣਾਓ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਚ ਮੈਂਬਰ ਬਣਾਉਣ ਦਾ ਮੈਂਬਰ ਪਾਵਰ ਉਹ ਭਾਜਪਾ ਨੇ ਗਲਤ ਕੀਤਾ ਪਰ ਆ 1100 ਕਰੋੜ ਰੁਪਏ ਹੁਣ ਦੇਖੋ ਹੁਣ ਸਰਕਾਰਾਂ ਦੀਆਂ ਨਿਕਲਣਗੀਆਂ ਚੀਕਾਂ ਪੰਜਾਬ ਵਾਲੀਆਂ ਨਹੀਂ 1100 ਕਰੋੜ ਰੁਪਏ ਛੋਟਾ ਨਹੀਂ ਹੁੰਦਾ ਜਗਦੀਸ਼ ਜੀ ਔਰ ਮਿੱਤੋ ਲਖਾ ਲੋ ਆ ਤਨਖਾਹਾਂ ਦੇ ਦਿਨ ਸ਼ੁਰੂ ਹੋ ਗਏ ਕੋਈ ਗਰੰਟੀ ਨਹੀਂ ਐਤ ਕਿ ਸਾਡੇ ਸਾਰੇ ਮੁਲਾਜ਼ਮਾਂ ਨੂੰ ਤਨਖਾਹ ਮਿਲ ਜੇ ਕੋਈ ਵੱਡੀ ਗੱਲ ਨਹੀਂ ਕਈ ਵਿਭਾਗਾਂ ਦੀ ਤਨਖਾਹ ਲੇਟ ਹੋ ਜੇ ਜਾਂ ਆਵੇ ਨਾ ਜੀ ਪੈਸਾ ਸਰਕਾਰ ਕੋਲੇ ਹੈ ਕਿੱਥੇ ਹੈ ਜੀ ਇਹ ਦੱਸਣਾ ਪੈਣਾ ਸਰਕਾਰ ਨੂੰ ਔਰ ਇਹ ਵੀ ਇੱਕ ਸੰਵਿਧਾਨ ਚ ਸੋਧ ਹੋਣੀ ਚਾਹੀਦੀ ਕਾਨੂੰਨ ਚ ਸੋਧ ਹੋਣੀ ਚਾਹੀਦੀ ਅੱਜ ਵੀ ਸਮੇਂ ਚਰਨਜੀਤ ਸਿੰਘ ਚੰਨੀ ਸਾਹਿਬ ਸਾਡੇ ਪੰਜਾਬ ਦੇ ਖਜ਼ਾਨੇ ਦਾ ਅਕਾਊਂਟ ਬੈਲੈਂਸ ਸਵੇਰੇ ਇਸ਼ਤਿਹਾਰਾਂ 'ਚ ਛਾਪਦੇ ਨੇ ਮਾੜੀ ਮਾੜੀ ਗੱਲ ਪਿੱਛੇ ਅਖਬਾਰਾਂ ਨੂੰ ਇਸ਼ਤਿਹਾਰ ਚੈਨਲਾਂ ਨੂੰ ਇਸ਼ਤਿਹਾਰ ਕਰੋੜਾ ਰੁਪਏ ਸਰਕਾਰ ਦੇ ਖਜ਼ਾਨੇ ਦੇ ਲਾ ਦਿੰਦੇ ਆ ਜੀ ਡੈਲਾਸਾਬ ਇਸ ਤੋਂ ਪਹਿਲਾਂ ਕਈ ਬੜੀ ਜਿਹੀ ਪੂਰੀ ਕਰਦਾ ਗੱਲ ਦੇਖੋ ਗੱਲ ਬੜੀ ਵੱਡੀ ਹੈ ਕਰੋੜਾ ਰੁਪਏ ਪੰਜਾਬ ਦੇ ਖਜ਼ਾਨੇ ਦੇ ਅਖਬਾਰਾਂ 'ਚ ਇਸ਼ਤਿਹਾਰ ਛਾਪਦੇ ਆ ਵੱਡੇ ਵੱਡੇ ਇੱਕ ਇੱਕ ਪੇਜ ਦੇ ਜੀ ਅਖਬਾਰਾਂ 'ਚ ਵੀਡੀਓ ਐਡ ਛਪਦੀ ਹੈ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਅਕਾਊਂਟ ਬੈਲੈਂਸ ਦੱਸਿਆ ਮੈਂ ਆਪਣੇ ਖਾਤੇ ਦਾ ਬੈਲੈਂਸ ਪਤਾ ਕਰਨਾ ਹੋਵੇ ਨਾ ਜੀ ਮੈਂ ਮਿਸ ਕਾਲ ਮਾਰੂੰਗਾ ਮੇਰੇ ਖਾਤੇ ਦਾ ਬੈਲੈਂਸ ਆਜੂ ਫਿਰ ਡਲਾ ਸਾਹਿਬ ਤੁਹਾਡੇ ਖਾਤੇ 'ਚ 20000 ਰੁਪਏ ਪਿਆ ਜੀ ਜਾਂ 25000 ਰੁਪਏ ਜਾਂ 50000 ਰੁਪਏ ਜਾਂ 55 ਪਿਆ ਸਰਕਾਰ ਦੇ ਖਜ਼ਾਨੇ 'ਚ ਪੈਸਾ ਕਿੰਨਾ ਹੈ ਸਾਨੂੰ ਪਤਾ ਹੀ ਨਹੀਂ ਹੁਣ ਅਗਰ ਚੰਨੀ ਸਾਹਿਬ ਦੀ ਸਰਕਾਰ ਨਾ ਆਈ ਚੰਨੀ ਸਾਹਿਬ ਨੇ ਪਤਾ ਕੀ ਕਹਿਣਾ ਅਸੀਂ ਤਾਂ ਖਜ਼ਾਨਾ ਭਰ ਕੇ ਆਏ ਸੀ ਤੇ ਜਿਹੜੇ ਨਵੇਂ ਆਉਣਗੇ ਜਿਹੜੇ ਵੀ ਆਉਣਗੇ ਉਹਨਾਂ ਨੇ ਕਿਹਾ ਸਾਨੂੰ ਤਾਂ ਖਜ਼ਾਨਾ ਖਾਲੀ ਮਿਲਿਆ ਇਦੇ 'ਚ ਵੀ ਅਦਾਲਤਾਂ ਨੂੰ ਦਖਲ ਦੇਣਾ ਪੈਣਾ ਮੈਨੂੰ ਲੱਗਦਾ ਕੇਂਦਰ ਦੀ ਸਰਕਾਰ ਨੂੰ ਇਹ ਵਿਵਸਥਾ ਬਣਾਉਣੀ ਚਾਹੀਦੀ ਹੈ ਔਰ ਇਹ ਕਾਨੂੰਨੀ ਤੌਰ ਦੇ ਉੱਤੇ ਲਾਜ਼ਮੀ ਹੋਣਾ ਚਾਹੀਦਾ ਹੈ ਹਰ ਸਰਕਾਰ ਹਰ ਮਹੀਨੇ ਦੱਸੇ ਜੀ ਅਖਬਾਰ 'ਚ ਇਸ਼ਤਿਹਾਰ ਦੇ ਕੇ ਵੀ ਪੰਜਾਬ ਦੇ ਖਜ਼ਾਨੇ 'ਚ ਇਸ ਮਹੀਨੇ ਐਨਾ ਪੈਸਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਵੀ ਸਾਡੇ ਲੀਡਰ ਪੈਸੇ ਦੀ ਦਰਵਰਤੋਂ ਕਿਵੇਂ-ਕਿਵੇਂ ਕਰਦੇ ਆ ਜੀ ਇਹ ਸਾਰਾ ਹਿਸਾਬ ਕਿਤਾਬ ਪਬਲਿਕ 'ਚ ਆਉਣਾ ਚਾਹੀਦਾ ਚਲੋ ਪਰ ਗੱਲ ਇਹ ਹੈ ਜੀ ਵੀ ਜੇ ਹੁਣ ਬੀਜੇਪੀ 1100 ਕਰੋੜ ਰੁਪਏ ਨਹੀਂ ਦੇ ਰਹੀ ਤਾਂ ਬੀਜੇਪੀ ਕੋਲੇ ਹੱਕ ਹੈ ਪੁੱਛਣ ਦਾ ਵੀ ਭਾਈ ਦੱਸੋ ਤੁਸੀਂ ਰੂਰਲ ਡਵੈਲਪਮੈਂਟ ਫੰਡ ਦੇ ਵਿੱਚੋਂ ਕਿਸਾਨਾਂ ਦਾ ਕਰਜ਼ਾ ਕਿਵੇਂ ਮਾਫ਼ ਕੀਤਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਪਰ ਉਸ ਤੋਂ ਪਹਿਲਾਂ ਕੈਪਟਨ ਸਾਹਿਬ ਤੇ ਮਨਪ੍ਰੀਤ ਬਾਦਲ ਸਾਰੇ ਦੱਸਣ ਵੀ ਭਾਈ ਤੁਸੀਂ ਪੈਸਾ ਕਿੱਥੋਂ ਲਿਆਉਣਾ ਸੀ ਕੋਈ ਯੋਜਨਾ ਸੀ ਤੁਹਾਡੇ ਕੋਲੇ ਇੱਕ ਖਾਤੇ 'ਚੋਂ ਚੱਕ ਕੇ ਦੂਜੇ ਖਾਤੇ 'ਚ ਦੇ ਦੇਣਾ ਤੇ ਫਿਰ ਇਸ਼ਤਿਹਾਰ ਛਾਪਨੇ ਵੀ ਕਿਸਾਨੀ ਦਾ ਕਰਜ਼ਾ ਮਾਫ਼ ਕਰਤਾ ਜੀ ਸਾਡਾ ਹੀ ਪੈਸਾ ਸਾਨੂੰ ਹੀ ਦੇ ਕੇ ਆਪਣੀ ਪ੍ਰਸਿੱਧੀ ਖੱਟਦੇ ਆ ਲੀਡਰ ਜੀ ਸਾਡਾ ਹੀ ਪੈਸਾ ਸਾਡੇ ਕੋਲੇ ਹੀ ਆ ਤੇ ਲੀਡਰ ਪ੍ਰਸਿੱਧੀ ਕੱਢੀ ਜਾਂਦੇ ਵੀ ਆ ਦੇਖੋ ਜੀ ਪੈਸਾ ਦੇਤਾ ਕਰਜ਼ਾ ਮਾਫ ਕਰਤਾ ਕਿਸਾਨੀ ਦਾ ਜੀ ਜੀ ਸੋ ਇਸ ਕਰਕੇ ਹੁਣ ਕੇਂਦਰ ਨੇ ਕੇਂਦਰ ਕਹਿੰਦੇ ਪਹਿਲਾਂ ਦਿਉ ਸਾਹ ਪਾਈ ਇੱਕ ਇੱਕ ਕਿਵੇਂ ਕੀਤਾ ਸਾਰਾ ਪਿਛਲਾ ਸਿਸਟਮ ਦਾ ਜੀ ਜੀ ਪਰ ਹੁਣ ਸਵਾਲ ਇਹ ਹੈ ਵੀ ਕੈਪਟਨ ਮਰਿੰਦਰ ਭਾਜਪੀ ਦੇ ਨਾਲ ਹੈ ਜੀ ਹੁਣ ਜਿਹੜੀ ਵੀ ਨਵੀਂ ਸਰਕਾਰ ਆਉਂਦੀ ਹੈ ਕੀ ਉਹਦੇ ਚ ਐਡੀਕ ਸਿਆਸੀ ਹਿੰਮਤ ਹੈ ਕਿ ਉਹ ਇਹਨਾਂ ਮਾਮਲਿਆਂ ਦੀ ਜਾਂਚ ਕਰ ਸਕੇ ਮੈਂ ਤਾਂ ਕਹਿੰਦਾ ਇਹ ਮਾਮਲੇ ਸੀਬੀਆਈ ਨੂੰ ਦੇ ਦਿੱਤੇ ਜਾਣੇ ਚਾਹੀਦੇ ਨੇ ਅਗਰ ਇਹਨਾਂ ਚੋ ਸੱਚ ਨਿਕਲੇ ਤੇ ਸੀਬੀਆਈ ਨੂੰ ਦਿਓ ਜੇ ਕੋਈ ਗਰੀਬ ਦਾ ਪੁੱਤ ਹੋਵੇ ਸ਼ਾਮ ਨੂੰ ਚੱਕ ਕੇ ਲੈ ਜਾਏ ਐਸਐਚਓ ਜੀ ਹੈ ਨਹੀਂ ਜੀ ਹੁਣ ਇੱਥੇ ਅਦਾਲਤਾਂ ਨੂੰ ਸਖਤ ਹੋਣਾ ਪੈਣਾ ਪੰਜਾਬ ਦੇ ਖਜ਼ਾਨੇ ਦੀ ਅੱਖਾਂ ਬੰਦ ਕਰਕੇ ਇਸ ਤਰੀਕੇ ਨਾਲ ਦੁਰਵਰਤਤੋਂ ਜੀ ਮੈਚ ਚੋਰੀ ਨਹੀਂ ਕਹਿੰਦਾ ਪਰ ਦੁਰਵਰਤਤੋਂ ਤਾਂ ਹੈ ਨਾ ਜੀ ਜਿਹੜਾ ਪੈਸਾ ਜਿਸ ਕੰਮ ਲਈ ਆ ਉਸ ਪਾਸੇ ਕਿਉਂ ਨਹੀਂ ਖਰਚਿਆ ਜਾਂਦਾ ਵਿਧਾਨ ਸਭਾ ਦਾ ਮਤਲਬ ਇਹ ਨਹੀਂ ਵੀ ਅਸੀਂ ਆਪਣੀ ਮਰਜ਼ੀ ਨਾਲ ਜਦੋਂ ਕਾਨੂੰਨ ਨੂੰ ਮਰੋੜ ਕੇ ਨਵਾਂ ਕਾਨੂੰਨ ਬਣਾ ਕੇ ਪੈਸੇ ਹੋਰ ਪਾਸੇ ਵਰਤ ਲਈਏ ਸੋ ਹੁਣ ਇਹ 1100 ਕਰੋੜ ਰੁਪਏ ਆਉਂਦੇ ਦਿਨਾਂ ਚ ਇਹਦੇ ਤੇ ਸਿਆਸਤ ਖੂਬ ਹੋਣੀ ਹੈ ਤੇ ਮੈਂ ਜ਼ਰੂਰ ਚਾਹੂੰਗਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਇਹਦੇ ਤੇ ਆਪਣਾ ਪੱਖ ਰੱਖਣ ਵੈਸੇ ਇੱਕ ਮਾਮਲੇ ਤੇ ਕੈਪਟਨ ਅਮਰਿੰਦਰ ਨੇ ਪੱਖ ਰੱਖਿਆ ਜੀ ਕੱਲੇ ਕੈਪਟਨ ਅਮਰਿੰਦਰ ਨੇ ਬੁਰੀ ਸਰਕਾਰ ਤੇ ਸਵਾਲ ਹੈ ਇਹ ਸਵਾਲ ਹੈ ਇਹ ਇਹ ਕੋਈ ਮੈਂ ਕੈਪਟਨ ਅਮਰਿੰਦਰ ਦੇ ਖਿਲਾਫ ਨਹੀਂ ਸਵਾਲ ਹੈ ਹੁਣ ਕੈਪਟਨ ਅਮਰਿੰਦਰ ਉਹਨਾਂ ਨੇ ਲੱਡੂ ਵੀ ਖਾ ਲਿਆ ਸੀ ਬੇਸਣ ਜੀ ਜੀ ਬਲਬੀਰ ਸਿੰਘ ਰਾਜੀਵਾਲ ਨੇ ਬੇਸਣ ਮੂੰਹ 'ਚ ਪਾਇਆ ਸੀ ਕੈਪਟਨ ਅਮਰਿੰਦਰ ਨੇ ਫੋਟੋ ਛਪੀ ਸੀ ਪੂਰੇ ਪੰਜਾਬ ਦੇ ਅਖਬਾਰਾਂ 'ਚ ਜੀ ਡਾਡਾ ਸਾਹਿਬ ਮੈਂ ਇਹੀ ਸਵਾਲ ਤੁਹਾਡੇ ਤੋਂ ਪੁੱਛਣ ਲੱਗਾ ਸੀ ਗੰਨੇ ਵਾਲੇ ਮਾਮਲੇ ਤੇ ਜੀ ਆ ਦੇਖ ਲਓ ਗੰਨੇ ਜੋ ਦੇਖੋ ਗੰਨਾ ਵਿਕ ਵੀ ਗਿਆ ਜੀ ਗੰਨੇ 'ਚੋਂ ਰਸ ਵੀ ਨਹੀਂ ਨਿਕਲਿਆ ਤੇ ਨਵੇਂ ਰੇਟ ਕਿਸਾਨਾਂ ਨੂੰ ਨਹੀਂ ਮਿਲਿਆ ਹੁਣ ਉਦੋਂ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਸਰਕਾਰੀ ਪ੍ਰੈਸ ਨੋਟ ਜਾਰੀ ਕੀਤੇ ਮੇਰੇ ਕੋਲੇ ਪਏ ਹੁਣੇ ਜੀ ਵੀ ਐਸਐਪੀ ਵਧਾ ਕੇ 360 ਕਰਤਾ ਪ੍ਰਤੀ ਕੁਇੰਟਲ ਜੀ ਔਰ ਕਹਿੰਦੇ ਹਰਿਆਣੇ ਤੋਂ ਵੀ ਵਧਾਤਾ ਸੀ ਡੱਲਾ ਸਾਹਿਬ ਬੜਾ ਵੱਡਾ ਧਰਨਾ ਲਾਇਆ ਸੀ ਕਿਸਾਨਾਂ ਨੇ ਤੁਸੀਂ ਦੇਖੋ ਕਿਸਾਨਾਂ ਨੇ ਕਿੱਡਾ ਵੱਡਾ ਧਰਨਾ ਲਾਇਆ ਸੀ ਔਰ ਕਿਸਾਨ ਵੀ ਦੇਖੋ ਬਲਬੀਰ ਸਿੰਘ ਰਾਜਵਾਲ ਹੁਣ ਹੀ ਖੁੱਜ ਹੋ ਗਏ ਵੀ ਕੈਪਟਨ ਅਮਰਿੰਦਰ ਨੇ ਸਾਡੀ ਮੰਗ ਪੂਰੀ ਕਰਤੀ ਆ ਹੁਣ ਕੈਪਟਨ ਅਮਰਿੰਦਰ ਫੇਸਬੁੱਕ ਤੇ ਪਾ ਰਹੇ ਨੇ ਕੈਪਟਨ ਅਮਰਿੰਦਰ ਸਾਹਿਬ ਕਹਿੰਦੇ ਇਹ ਵੀ ਮੈਂ ਤਾਂ 360 ਵਧਾਤਾ ਸੀ ਜੀ ਪਰ ਸਰਕਾਰ ਚ ਜਿਹੜੀਆਂ ਅਚਾਨਕ ਤਬਦੀਲੀਆਂ ਹੋ ਗਈਆਂ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਫੈਸਲੇ ਨੂੰ ਲਾਗੂ ਨਹੀਂ ਕੀਤਾ ਤੁਸੀਂ ਦੱਸੋ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਫੈਸਲੇ ਨਾਲ ਕੀ ਸੰਬੰਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੂੰਹ 'ਚ ਬੈਸਣ ਕੈਪਟਨ ਅਮਰਿੰਦਰ ਦੇ ਪਿਆ ਜੀ ਵਾਹੋ ਵਾਹੀ ਕੈਪਟਨ ਅਮਰਿੰਦਰ ਨੇ ਲੁੱਟੀ ਵੀ ਪੂਰੇ ਤੇ ਰਾਜਵਾਲ ਸਾਹਿਬ ਨੂੰ ਵੀ ਜਵਾਬ ਪੁੱਛਣਾ ਚਾਹੀਦਾ ਸਾਨੂੰ ਬਲਬੀਰ ਸਿੰਘ ਰਾਜਵਾਲ ਉਹਨਾਂ ਨੂੰ ਵੀ ਤੁਸੀਂ ਮੂੰਹ 'ਚ ਬੈਸਣ ਪਾਇਆ ਇਹ ਜਾ ਕੇ ਸਾਰੇ ਦਿਨੇ ਬਹਿ ਕੇ ਬੱਲੇ ਬੱਲੇ ਕਰਾਤੀ ਵੀ ਲਓ ਜੀ ਲਓ 360 ਕਰਾ ਲਿਆ ਜੀ ਲਾਗੂ ਹੋਇਆ ਨਹੀਂ ਦਰਨਾ ਵੀ ਕੋਸ਼ਿਸ਼ ਕਰਤਾ ਕਿ ਮਸਲਾ ਹੱਲ ਹੋ ਗਿਆ ਤੇ ਦਰਨਾ ਰੱਦ ਹੋ ਜਾ ਤੁਸੀਂ ਦੇਖੋ ਮੈਂ ਤਾਂ ਇਹ ਕਹਿਣਾ ਵੀ ਸਾਡੇ ਪੱਤਰਕਾਰਾਂ ਨੂੰ ਵੀ ਕਈ ਵਾਰੀ ਅਫਸੋਸ ਹੁੰਦਾ ਅਸੀਂ ਵੀ ਵੱਡੀਆਂ-ਵੱਡੀਆਂ ਖਬਰਾਂ ਲਾ ਦੀਆਂ ਵੀ ਬਲਬੀਰ ਸਿੰਘ ਰਾਜੀਵਾਲ ਨੇ 360 ਕਰਾਤਾ ਪਾਓ ਵੋਟਰ ਰਾਜੀਵਾਲ ਨੂੰ ਸੋ ਬਲਬੀਰ ਸਿੰਘ ਰਾਜੀਵਾਲ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਕਰੋ ਤੁਸੀਂ ਬੜੇ ਨਰਮ ਲੀਡਰ ਹੋ ਚੰਗੇ ਕਿਸਾਨ ਲੀਡਰ ਹੋ ਪਰ ਹੁਣ ਕੈਪਟਨ ਮਰਿੰਦਰ ਨੇ ਫੇਸਬੁੱਕ ਤੇ ਪਾ ਕੇ ਉਹ ਗਲਤੀ ਕਾਂਗਰਸ ਦੇ ਜਿੰਮੇ ਮੜਤੀ ਡਾਲਾ ਸਾਹਿਬ ਗੱਲ ਇਹ ਵੀ ਕਾਂਗਰਸ ਚ ਲੀਡਰਸ਼ਿਪ ਬਦਲੀ ਹੈ ਤਾਂ ਨਹੀਂ ਫੈਸਲਾ ਲਾਗੂ ਹੋਇਆ ਭਾਈ ਹੁਣੇ ਤਾਂ ਦੇਖੋ ਸਾਡੇ ਕਿਸਾਨ ਨੇ ਨਾ ਜਿਹੜੇ ਜੀ ਹੈ ਜਗਦੀਸ਼ ਜੀ ਜਿਹੜੇ ਸਾਡੇ ਲੀਡਰ ਨੇ ਜੀ ਪੋਲੀਟੀਕਲ ਪਾਰਟੀਆਂ ਦੇ ਲੀਡਰ ਜੀ ਇਹ ਮੈਨੂੰ ਲੱਗਦਾ ਜੇ ਇਹਨਾਂ ਸਾਰਿਆਂ ਨੂੰ ਸ਼ਤਰੰਜ ਦੀ ਟੀਮ ਚ ਭੇਜ ਦਈਏ ਇਹ 올림픽 ਦੇ ਮੈਡਲ ਜਿੱਤੇ ਹਣ ਬੜੀ ਵਧੀਆ ਸਿਆਸੀ ਸ਼ਤਰੰਜ ਖੇਡਦੇ ਆ ਜੀ ਆ ਤੁਸੀਂ ਦੇਖ ਲਓ ਕਹਿੰਦੇ 360 ਹੋ ਗਿਆ ਹਰਿਆਣੇ ਚ ਵਿਰੋਧ ਹੋਣ ਲੱਗੇ ਵੀ ਦੇਖੋ ਪੰਜਾਬ ਨੇ 360 ਕਰਤਾ 350 60 ਹੋਇਆ ਨਹੀਂ ਚੋਣਾ ਵੀ ਹੋ ਗਈਆਂ ਇਹਨਾਂ ਮੁੱਦਿਆਂ ਤੇ ਜੀ ਚੋਣਾ ਵੀ ਹੋ ਗਈਆਂ ਹੋਇਆ ਨਹੀਂ 360 ਹੁਣ ਪਤਾ ਨਹੀਂ ਕਦੋਂ ਹੋਊਗਾ ਜੀ ਜੀ ਹੁਣ ਤਾਂ ਮੈਨੂੰ ਲੱਗਦਾ 2022 ਤੋਂ ਬਾਅਦ 2027 ਚ ਨੇ ਵੋਟਾਂ ਜੇ ਕਿਤੇ ਪਹਿਲਾਂ ਹੋ ਗਈਆਂ ਪਹਿਲਾ ਮੁੱਦਾ ਗਰਮ ਹੋਊਗਾ ਜੀ ਜੀ ਤੇ ਹੁਣ ਤਾਂ ਰੱਬ ਹੀ ਜਾਣਦਾ ਜੀ ਕਦੋਂ ਹੋਊਗਾ ਬਾਕੀ ਜੇ ਕੋਈ ਹੋਰ ਸਫਾਈ ਦੇਣੀ ਕੈਪਟਨ ਸਾਹਿਬ ਨੇ ਜਾਂ ਕਿਸੇ ਵੀ ਸਰਕਾਰੀ ਧਿਰ ਨੇ ਇਸ ਮਸਲੇ ਤੇ ਕੋਈ ਹੋਰ ਸੱਚ ਹੈ ਜਿਹੜਾ ਸਾਨੂੰ ਪਤਾ ਹੀ ਨਹੀਂ ਉਹ ਵੀ ਦੱਸ ਦਿਓ ਭਾਈ ਹਾਂਜੀ ਜੀ ਡੱਲੇ ਸਾਹਿਬ ਹੁਣ ਤਾਂ ਇਹੀ ਕਹਿ ਸਕਦੇ ਹੁਣ ਤਾਂ ਇਹੀ ਨਹੀਂ ਸਮਝ ਆਉਂਦਾ ਸੱਚ ਕੀ ਆ ਤੇ ਝੂਠ ਕੀ ਆ ਤੇ ਸੱਚ ਤੇ ਝੂਠ ਦਾ ਤੜਕਾ ਇਹੋ ਜਿਹਾ ਲੱਗਿਆ ਨਾ ਜੀ ਜੀ ਪਿੱਛਾ ਵੀ ਨਹੀਂ ਆ ਰਹੀ ਜੀ ਗੰਨੇ ਦੇ ਕਿਸਾਨ ਵੀ ਹੁਣ ਤਾਂ ਠੱਗੇ ਠੱਗੇ ਮਹਿਸੂਸ ਕਰ ਰਹੇ ਹੋਣੇ ਡੱਲੇ ਸਾਹਿਬ ਕਿ ਉਸ ਵੇਲੇ ਤਾਂ ਸਾਨੂੰ ਕਹਿ ਦਿੱਤਾ ਕਿ ਤੁਹਾਡਾ ਮਸਲਾ ਹੱਲ ਹੋ ਗਿਆ ਜਿਹੜੇ ਤਰਨੇ ਇੰਨੇ ਦਿਨਾਂ ਦੇ ਲਾਏ ਉਹਨਾਂ ਨੇ ਸੋ ਉਸ ਤੋਂ ਬਾਅਦ ਤਰਨਾ ਵੀ ਰੱਦ ਕਰਤਾ ਤੇ ਕਿਸਾਨਾਂ ਨੂੰ ਰੇਟ ਹੁਣ ਕੈਪਟਨ ਸਾਹਿਬ ਨੇ ਬਹੁਤ ਵੱਡੀ ਗੱਲ ਕਹਿਤੀ ਕਹਿੰਦੀ ਕੈਪਟਨ ਸਾਹਿਬ ਕਹਿੰਦੇ ਕਹਿੰਦੇ ਮੈਂ ਆਪਣੇ ਕਿਸਾਨਾਂ ਨੂੰ ਭਰੋਸਾ ਦਵਾਉਂਦਾ ਕਿ ਸਾਡੀ ਐਨਡੀਏ ਦੀ ਸਰਕਾਰ ਬਣਦਿਆਂ ਹੀ ਇਹ ਫੈਸਲਾ ਲਾਗੂ ਕੀਤਾ ਜਾਵੇਗਾ ਜੀ ਡੱਲਾ ਸਾਹਿਬ ਸਵਾਲ ਇਹ ਬਣਦਾ ਕੈਪਟਨ ਸਾਹਿਬ ਨੇ ਕਿੰਨੀ ਵਾਰੀ ਵੱਡੇ ਵੱਡੇ ਭਰੋਸੇ ਲੋਕਾਂ ਨੂੰ ਦਿੱਤੇ ਆ ਤੇ ਭਰੋਸੇ ਟੁੱਟੇ ਦੇਖੋ ਕੈਪਟਨ ਸਾਹਿਬ ਸਿਆਣੇ ਦਾ ਬਹੁਤ ਆ ਦੇਖੋ ਫੌਜ ਚ ਭਰਤੀ ਹੋਏ ਹਰ ਵਾਰੀ ਭਰੋਸਾ ਦਿੰਦੇ ਆ ਐਨੀ ਵਾਰੀ ਮੁੱਖ ਮੰਤਰੀ ਰਹੇ ਪਰ ਇਹ ਐ ਵੀ ਲਾਰਿਆਂ ਦੇ ਵੀ ਬਾਦਸ਼ਾਹ ਬਣ ਗਏ ਜੀ ਲੋਕ ਵੀ ਬਾਰ ਬਾਰ ਵਿਸ਼ਵਾਸ ਕਰਦੇ ਨੇ ਪੰਜਾਬ ਦੇ ਐਨੇ ਐਨੇ ਵਾਰੀ ਨਹੀਂ ਕਰਨੇ ਚਾਹੀਦੇ ਲਾਰੇ ਕਹ ਲੋ ਵਾਦੇ ਕਹ ਲੋ ਇੱਕੋ ਹੀ ਗੱਲ ਆ ਉਹਦਾ ਕੈਪਟਨ ਸਾਹਿਬ ਲੀਡਰ ਬੜੇ ਸਿਆਣੇ ਆ ਪਰ ਆ ਕਮੀਆਂ ਰਹਿ ਗਈਆਂ ਉਹਨਾਂ ਚ ਤੇ ਚਲੋ ਜੇ ਦੁਬਾਰਾ ਉਹ ਮੁੱਖ ਮੰਤਰੀ ਬਣਦੇ ਨੇ ਐਨਡੀਆ ਦੀ ਸਰਕਾਰ ਚ ਜੀ ਕਹਿੰਦੇ ਵੀ ਮੈਂ ਆਪਣੇ ਕਿਸਾਨਾਂ ਨੂੰ ਭਰੋਸਾ ਦਿਵਾਉਂਦਾ ਕਿ ਸਾਡੀ ਐਨਡੀਆ ਦੀ ਸਰਕਾਰ ਬਣਦਿਆਂ ਹੀ ਫੈਸਲਾ ਲਾਗੂ ਕੀਤਾ ਜਾਏਗਾ ਹੁਣ ਜੇ ਐਨਡੀਆ ਦੀ ਸਰਕਾਰ ਬਣ ਗਈ ਫਿਰ ਇਹ ਵੀ ਨਹੀਂ ਪਤਾ ਮੁੱਖ ਮੰਤਰੀ ਕੌਣ ਬਣੂ ਜੀ ਹਾਲੇ ਤੱਕ ਤੈਅ ਨਹੀਂ ਕਿ ਕੈਪਟਨ ਸਾਹਿਬ ਬਣਨਗੇ ਜਾਂ ਕੋਈ ਹੋਰ ਉਮੀਦਵਾਰ ਆਊਗਾ ਬਿਲਕੁਲ ਹਜੇ ਤਾਂ ਪਹਿਲਾਂ ਤਾਂ ਇਹ ਤੈਅ ਹੋ ਜਾਵੇ ਵੀ ਕੈਪਟਨ ਸਾਹਿਬ ਕੀ ਜਿੱਤਦੇ ਨੇ ਜੀ ਜੀ ਕਿਉਂਕਿ ਜਿੱਤ ਹਾਰ ਤਾਂ 10 ਮਾਰਚ ਨੂੰ ਤੈਅ ਹੋਣੀ ਹੈ ਨਾ ਇਹ ਤਾਂ ਹੁਣ ਕੀ ਕੌਣ ਜਿੱਤਦਾ ਕੌਣ ਹਾਰਦਾ ਬਾਕੀ ਸ਼ੁਭਚਾਵਾਹ ਨੇ ਕੈਪਟਨ ਮਰਿੰਦਰ ਨੂੰ ਜੀ ਪਰ ਅਸਲੀ ਸ਼ੁਭਚਾਵਾਹ ਨੇ ਪੰਜਾਬ ਦੇ ਲੋਕਾਂ ਨੂੰ ਵੀ ਤੁਹਾਨੂੰ ਚੰਗੀ ਸਰਕਾਰ ਮਿਲੇ ਤੁਹਾਨੂੰ ਅਜਿਹੇ ਲੀਡਰ ਮਿਲਣ ਜਿਹੜੇ ਲਾਰੇ ਨਾਲ ਲਾਰੇਆਂ ਦਾ ਬਹੁਤ ਨੁਕਸਾਨ ਜੀ ਉਮੀਦ ਕਰਦੇ ਹਾਂ ਕਿ ਜਿਹੜੀ ਵੀ ਸਰਕਾਰ ਬਣੇਗੀ ਲਾਰੇ ਲਾਉਣ ਵਾਲੀ ਸਰਕਾਰ ਨਹੀਂ ਬਣੇਗੀ ਲੋਕਾਂ ਦੇ ਲਈ ਕੰਮ ਕਰਨ ਵਾਲੀ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਸਰਕਾਰ ਅਗਲੀ ਵਿਧਾਨ ਸਭਾ ਦੇ ਵਿੱਚ ਪੰਜਾਬ ਨੂੰ ਮਿਲੇਗੀ ਸੋ ਡਾਲਾ ਸਾਹਿਬ ਹੁਣ ਆਪਾਂ ਸਮਾਪਤੀ ਵੱਲ ਵਾਜੀਆਂ ਦੀ ਬਹੁਤ-ਬਹੁਤ ਧੰਨਵਾਦ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ